मम्मी हाँ पुत्र ता हो अम्मा सर नहीं पुत्र मेरे थोड़ी ताम आ जाना मेरा बड़ा ही बुरा हाल वा और? मैं ते तरले लैन दी सवेर ते जी नहीं उठे जी ते दवाई ले आई उठ के आओ ना चलो मेरे नहीं पुत्र मेरे को नहीं उठा जाना मेरा बहुत माड़ा हाल वा मैं तेरे प्यो नु भी दसया हीगा लवली नु भी दसया हीगा ते फिर इदा किन्ना चिर पाई रहोगे ते की करा फिर नहीं उठा जांदा जदों ते की करा ओ डॉक्टर नु फोन करा नहीं ते मैं आके दवाई दे जांदा चल मेरी गल सुन आज दी रात मैं कढ़नी आ ते सवेर तक जे फर्क ना ना पिया मंजी वाला बंदा कि औखा हुंदा वा चल जी चीज की लोड़ होगी तो फोन कर दे कोई नहीं मैं कर दूं जा चल गए कि नौकरी का भूत सवार होया वा तेन मैं भी नौकरी तेन लगन दी वेखी सही बनता की है गाड़ी गाड़ी इदा कर दी हाँ प्रभ न फोन करनी है हेलो प्रभ सताल की हाल वा मेरा हाल तो चंगा पड़ा मेनू की होया वा आहो ते भैने इन्हों के सिर तो भूत नहीं हो लुथन डया नौकरी का इदा कर मेरी भैन सवेरे आहो ते भाजी ने भी लाई नाल गल नहीं गी हुई तू इदा आवी ना भी मैं खबर लैन आई हाँ है ते कोई गल नहीं फिर जो तू आ जाएगी तो आपे ये किधर न जाऊगी मुड़के आहो तो नाले तू आ कभी तो वह तो इन्ना माड़ा हाल वा तो तुम वो बारे सोचो कुछ है आहो चल ठीक वा हाँ चंगा रख नहीं कोई आना जाए फिर है आहो चंगा फिर चल इदा फटाफट मैं बह जा मम्मी नू फोन लाउनी है भला पिंड नाले हाल चाल पुछ लैनी है कल दी गल कल दी पई है अहीं जाना है उधर स्कूल नू अच्छा डॉक्यूमेंट जे मैं चल लै के जाने तो फोन नहीं है पिछे जे मैं चल एक बार पता कर लेने घर भी की करना होंगे वेलिया ने चल चल जाया करूंगी तो वो मुड़ के जो सारे की सलाह सलूह कर ली डैडी को पूछ लो भी कोई नहीं चल जाए वो अच्छा तो जो इन पूछने लगे तो आतुर हो गए तो कड़ी मंजे पई है कहीं मैं ठीक नहीं है
ਮੇਰੀ ਸੁਣ ਗੱਲ, ਪੀੜ ਹੁੰਦੀ ਵੀ ਆ ਕਿ ਤੇਰੇ ਸਕੂਲ ਜਾਣ ਵਿੱਚ ਤੰਗ ਵਾ ਕੇ ਤੇ ਜਾਣ ਕੇ ਤੇ ਨਹੀਂ ਬਿਮਾਰ ਪੈ ਗਈ? ਕੀ ਪਤਾ ਅਮੀ ਉਦੋਂ ਰੱਬ ਜਾਣਦਾ ਹੈ ਪਖੰਡ ਕਰਦੀ ਹੈ ਕੀ ਕਰਦੀ, ਫਿਰ ਅਸੀਂ ਰਹਿਣ ਦਿੱਤਾ ਅਸੀਂ ਵਿਚਾਰ ਰਹਿਣ ਦਿੰਦੇ ਹਾਂ, ਫਿਰ ਕੱਲ ਨੂੰ ਚੱਲ ਜਾਵਾਂਗੇ। ਮੈਨੂੰ ਤੇ ਲੱਗਦਾ ਵਾ ਕਿ ਪਖੰਡ ਦੇ ਹੀ ਉਹ ਕਰਨ ਤੇ ਤੂੰ ਕਿਸੇ ਬੰਦੇ ਨਾਲ ਲੱਗ ਜੇ, ਘਰੇ ਹੀ ਰਵੇਂ ਤੇ ਘਰ ਦਾ ਹੀ ਕੰਮ ਕਰਦੀ ਰਵੇਂ। ਉਹ ਹੀ ਨਾ ਫਿਰ ਇਹ ਵੀ ਆਖਣ ਦਿਆਂ ਤੇ ਝਾਰਾ ਪਾ ਹੈ ਕੋਈ ਨਹੀਂ ਕੱਲ ਨੂੰ ਚੱਲ ਜਾਵਾਂਗੇ। ਇਹ ਫਿਰ ਆਪਣਾ ਮੈਂ ਠੀਕ ਨਹੀਂ ਹੈ ਜੀ, ਫਿਰ ਤੁਸੀਂ ਜਾਓਗੇ ਨਾ ਕਿਸੇ ਬੰਦੇ ਤੇ ਕੀ ਕਰਨਾ ਫਿਰ? ਮੰਮੀ ਹੁਣ ਉਹਦੇ ਵੱਲ ਵੀ ਤੇ ਵੇਖਣਾ ਪੈਂਦਾ ਹੀ ਆ। ਇਹਦਾ ਲਵਲੀ ਆਖਣ ਦੇ ਹੀ ਕੱਲ ਕਿ ਅੱਜ ਵੱਲੋਂ ਜਾਵਾਂਗੇ। ਅੱਛਾ ਤੇ ਹੁਣ ਅਸੀਂ ਜਾਣਾ, ਬਸ ਲੱਗੇ ਆ ਤਿਆਰ ਹੁਣ ਗੱਡੀ ਤੱਕ। ਪਖੰਡੀ ਢਿੱਲੀ ਮੱਠੀ ਹੁੰਦੀ ਉਸੇ ਵੇਲੇ ਆ ਜਾਂਦੇ ਆ, ਤੁਸੀਂ ਪਖੰਡੀ ਫੜਿਆ ਵਾ ਰੋਜ਼ ਦਿਹਾੜੀ ਦਾ। ਚੱਲ ਪੁੱਤ ਹੁਣ ਫਿਰ ਕੀ ਕਰਨਾ ਵਾ, ਅਸੀਂ ਤਾਂ ਤੇਰੇ ਮੂੰਹ ਨਹੀਂ ਆਉਣਾ ਵਾ ਤੇ ਆਉਣਾ ਪੈਂਦਾ ਧੀਆਂ ਕਰਕੇ, ਤੇ ਤੂੰ ਮੈਨੂੰ ਨਾ ਸਕੂਲੋਂ ਆਣ ਕੇ ਤੇ ਦੱਸ ਦੇਈਂ ਫੋਨ ਕਰਕੇ, ਜੇ ਕਵੇਂਗੀ ਤੇ ਫਿਰ ਮੈਂ ਤੇਰੇ ਡੈਡੀ ਆਣ ਕੇ ਹੋ ਜਾਵਾਂਗੀ। ਕੋਈ ਨਹੀਂ, ਇਹਨੇ ਉੱਠ ਜਾਣਾ ਘੜੀ ਤੱਕ ਤੇ ਜੇ ਨਾ ਹੋਊ ਤਾਂ ਫਿਰ ਮੈਂ ਤੁਹਾਨੂੰ ਫੋਨ ਕਰ ਦੂੰਗੀ। ਹਾਂ ਤੂੰ ਮੈਨੂੰ ਫੋਨ ਕਰਕੇ ਦੱਸ ਦੇਈਂ, ਤੇ ਜੇ ਠੀਕ ਹੋ ਜੂ ਤਾਂ ਵੀ ਦੱਸ ਦੇ, ਤੇ ਜੇ ਸਾਨੂੰ ਆਉਣਾ ਪਊ ਤਾਂ ਵੀ ਦੱਸ ਦੇਈਂ, ਆ ਜਾਵਾਂਗੇ ਫਿਰ। ਆਹੋ ਕੋਈ ਨਹੀਂ, ਮੈਂ ਦੱਸ ਦੂੰਗੀ ਤੁਹਾਨੂੰ। ਚੱਲ ਵਾਹਿਗੁਰੂ ਦਾ ਨਾਂ ਲੈ ਕੇ ਤੇ ਤੂੰ ਹੁਣ ਜਾ ਸਕੂਲ ਤੇ ਮੈਂ ਰੱਖ ਲਈਆਂ ਫਿਰ ਫੋਨ। ਹਾਂ ਹਾਂ ਚਲੋ ਠੀਕ ਆ ਮੰਮੀ। ਹਾਂ ਚੰਗਾ ਬਾਊ। ਹਾਂਜੀ ਓਕੇ ਓਕੇ। ਬੋਲਦੇ ਨਹੀਂ ਰਹੇ ਆਇਓ? ਹੋ ਗਈ ਤਿਆਰ? ਮੈਂ ਹੋ ਗਈ ਤਿਆਰ, ਆਓ ਗਾ। ਚੱਲ ਆ ਗਿਆ ਮੈਂ, ਫਿਰ ਵੇਲੀ ਵੜ ਗਈ ਹੈ ਜਾ ਕੇ। ਓਏ ਮਾ ਮੜਾ ਜਾ ਗਾਈ ਨੂੰ ਬੰਨਣ ਗਿਆ, ਚਲੀਏ। ਆਹੋ ਚਲੋ, ਚੱਲ ਤਿਆਰ ਹੋਏ ਆ? ਤਿਆਰ ਹੀ ਆ, ਮੈਂ ਆ ਜਾ। ਚਲੋ ਹੋਰ ਪਿੰਦਰ ਇਦਾਂ ਕਰ, ਮੰਮੀ ਨੂੰ ਦੱਸਿਆ? ਮੈਂ ਨਹੀਂ ਜੀ ਜਾਣਾ ਮੰਮੀ ਨੂੰ ਦੱਸਣ। ਓ ਯਾਰ ਦੱਸਿਆ ਮਾੜਾ ਜਾ, ਮੈਂ ਨਹੀਂ ਜਾਣਾ, ਫਿਰ ਮੰਮੀ ਨੇ ਕੋਈ ਨਾ ਕੋਈ ਬਹਾਨਾ ਮਾਰ ਦੇਣਾ। ਚਲੋ ਰੁਕ, ਮੈਂ ਦੱਸਾਂਗਾ ਯਾਰ ਮਾੜਾ ਜਾ, ਫਿਰ ਕਹੂਗੀ। ਫਿਰ ਬਹਾਨਾ ਮਾਰ ਦੇਣਾ ਉਹਨੇ ਕੋਈ ਨਾ ਕੋਈ, ਤੇ ਫੇਰ ਕੰਮ ਉੱਥੇ ਰਹਿ ਜਾਣਾ। ਮੰਮੀ। ਹਾਂ ਪੁੱਤ। ਤੇ ਆਏ ਫਰਕ ਅੱਗੇ ਨਾਲੋਂ ਨਹੀਂ? ਪੁੱਤ ਕੋਈ ਫਰਕ ਨੀਗਾ, ਮੇਰੇ ਕੋਲ ਤਾਂ ਹੀ ਨਹੀਂ ਹੋਇਆ ਜਾਂਦਾ, ਕੀ ਦੱਸਾਂ ਤੇ। ਉਹ ਅਸੀਂ ਚੱਲੇ ਸੀ ਮਾੜਾ ਜਾ ਸਕੂਲੇ ਤੇ ਹੋਈਏ ਫਿਰ। ਅੱਛਾ ਅੱਛਾ, ਚੱਲ ਜਾ ਜਾ ਲੈ ਜਾ ਕੁੜੀ ਨੂੰ। ਆਹੋ ਮੈਂ ਚੱਲ ਪਤਾ ਕਰ ਲੈਣੇ ਆ। ਲੈ ਜਾ ਵਿਚਾਰੀ ਲੱਗਣ ਵਾਲੀ ਬਣੂਗੀ। ਹੈ ਆਹ ਲੈ ਜਾ ਤੇ ਕੋਈ ਗੱਲ ਨਹੀਂ, ਆ ਗਿਆ ਸੀ ਘੰਟੇ ਤੱਕ ਬਸ। ਕੋਈ ਨਹੀਂ ਕੋਈ ਨਹੀਂ, ਜਾ ਮੇਰਾ ਪੁੱਤ। ਚਲੋ ਠੀਕ, ਮੇਰੇ ਨਾਲ ਫਿਕਰ ਕਰਿਆ ਚੰਗਾ। ਕੋਈ ਕੋਈ, ਹਾਏ ਹਾਏ ਪ੍ਰਭ ਨਹੀਂ ਆਈ ਅਜ ਤੱਕ। ਉਹਨੂੰ ਤਾਂ ਮੈਂ ਫੋਨ ਤੇ ਕਿਹਾ ਸੀ ਵੀ ਟਾਈਮ ਨਾ ਆ ਜੀ, ਇਹਨੂੰ ਨਿਕਲ ਜਾਣਾ ਹੀ ਹੋ, ਹੁਣ ਮੈਂ ਕੀ ਕਰਾਂ? ਹਾਏ ਨਾ ਮੈਂ ਉੱਠ ਸਕਦੀ ਹਾਂ ਨਾ ਹੋਰ, ਇਹ ਪਤਾ ਨਹੀਂ ਕੀ ਬਣਨਾ ਹੀ ਹੁਣ, ਹੁਣ ਛੇਤੀ ਆ ਜੇ ਤਾਂ ਵੀ ਆ ਕਿਤੇ ਗੱਲ ਬਣ ਜੇ, ਜੇ ਘਰੋਂ ਚੱਲ ਗਈ ਨਹੀਂ ਤਾਂ ਲੱਗ ਜਾਣਾ ਵਾ। ਚੱਲ ਵੇਖੀ ਜਾਊਗੀ ਕੀ ਕਰਾਂ ਹੁਣ, ਕਿੰਨੇ ਕੁ ਪਾਪੜ ਵੇਲਾ ਹੁਣ ਮੈਂ। ਯਾਰ ਮਾਤਾ ਤੇ ਚੰਬੀ ਆ ਗਈ, ਰੁਪਿੰਦਰ ਲੱਗ ਜੇ ਸਕੂਲੇ। ਚਲੋ ਬਾਕੀ ਉਹਦੇ ਮਨ 'ਚ ਕੀ ਪਤਾ ਕੀ ਚੱਲਣ ਡਿਆ, ਪਤਾ ਨਹੀਂ ਹੁਣ ਮੰਮੀ ਨੇ ਕਿਹੜਾ ਬਹਾਨਾ ਮਾਰ ਦੇਣਾ ਵਾ, ਜਿਹੜਾ ਹਾਲ ਤੱਕ ਆਈ ਨਹੀਂ। ਲੇਟ ਹੋਣ ਦੀ ਚੱਲੀਏ। ਆ ਗਏ ਆ? ਆਹੋ ਕੀ ਕਹਿੰਦੀ ਮੰਮੀ? ਮੰਮੀ ਨੇ ਕਹਿਣਾ, ਮੰਮੀ ਕਹਿੰਦੀ ਕੋਈ ਗੱਲ ਨਹੀਂ ਕਰਾਓ ਪਤਾ ਤੁਸੀਂ। ਚਲੋ ਫਿਰ, ਹਾਂ ਅੱਗੇ ਟਾਈਮ ਕਿੰਨਾ ਹੋ ਗਿਆ ਹੈ। ਕੋਈ ਗੱਲ ਨਹੀਂ, ਮੈਂ ਚੱਲ ਮਾੜਾ ਜਿਹਾ ਪੁੱਛ ਲੈਂਦਾ। ਜੀਵਨ ਕਿੱਥੇ ਆ? ਉਹ ਮਾਸੀ ਜੀ ਅੰਦਰੇ ਹੋਣੇ। ਚੱਲ ਕੋਈ ਨੀ, ਮੈਂ ਫਿਰ ਵੇਖਾਂ ਜਾ ਕੇ ਉਹਨੂੰ। ਚੱਲ ਮੈਂ ਵੇਖਾਂ। ਚਲੋ ਹੁਣ ਅੰਦਰ ਨਹੀਂ ਜਾਣਾ ਫਿਰ, ਹੁਣ ਹੁਣ ਕਿੱਥੇ ਜਾਣਾ? ਚਾਹ ਪਾਣੀ ਨੀ ਪਿਆ ਲੈਣਾ? ਕੱਲ ਵੀ ਚੱਲੇ ਤੇ ਕੱਲ ਵੀ ਕਸੂਮਤ ਲੱਗ ਗਈ, ਅੱਜ ਵੀ ਚੱਲੇ ਤੇ ਉਹ ਹਾਲ। ਦੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ, ਆ ਗਈ ਆ ਪ੍ਰਭ? ਹਾਂਜੀ, ਕੀ ਹਾਲ ਜੇ ਹੁਣ ਤੁਹਾਡਾ? ਵਧੀਆ ਵਧੀਆ ਭਾਜੀ, ਦੇ ਸਤਿ ਸ੍ਰੀ ਅਕਾਲ, ਕੀ ਹਾਲ ਜੇ? ਜੀ ਠੀਕ ਠਾਕ। ਅੱਛਾ ਅੱਛਾ, ਹਲੋ ਮਾਸੀ ਰੁਪਿੰਦਰ। ਮੰਮੀ ਕੋਈ ਗੱਲ ਨਹੀਂ, ਫਿਰ ਚੱਲ ਜਾਵਾਂਗੇ, ਹੁਣ ਮਾਸੀ ਹੁਣੀ ਆਏ ਸੀ ਤਾਂ ਚਾਹ ਪਾਣੀ ਤੇ ਪਾਉਣਾ। ਚੱਲ ਜਾਣਾ ਸੀ, ਉੱਥੇ ਫਿਰ ਕੀ ਆ, ਮਾਸੀ ਜਿਹੜੀ ਉਪਰੀ ਆ ਵਿਚਾਰੀ। ਨਹੀਂ ਕੋਈ ਨਹੀਂ ਮੰਮੀ, ਮੈਂ ਬਣਾਉਣੀ ਚਾਹ ਪਾਣੀ। ਚੱਲ ਬਣਾ ਲਾ ਫਿਰ। ਦੀਦੀ ਕੀ ਹੋਇਆ ਜੀ ਤੁਹਾਨੂੰ? ਹੁਣ ਆਹਣਾ ਕੀ ਆ ਪ੍ਰਭ, ਮੇਰਾ ਤੇ ਪਤਾ ਨਹੀਂ ਲੱਗਾ ਕੁਛ ਵੀ, ਅੰਤਰਾ ਲਾਕੀ ਇਹਦਾ ਚੁੱਕੀ ਪੈ ਗਈ ਆ ਨਾ, ਮੇਰੇ ਕੋ ਤਾਂ ਹੀ ਨਹੀਂ ਹੋਇਆ ਜਾਂਦਾ। ਤੇ ਟੈਸਟ ਕਰਵਾਏ ਹੁਣ? ਟੈਸਟ ਕਿੱਥੋਂ ਕਰਾਏ, ਮੰਜੀ ਤੋਂ ਉੱਠਣ ਜੋਗੀ ਨਹੀਂ ਮੈਂ। ਲੈ ਤੇ ਜਾਓਗੇ ਤੇ ਫੇਰ ਹੀ ਫਰਕ ਪੈਣਾ ਵਾ। ਜੋਬ ਨੂੰ ਵਿਚਾਰੇ ਨੇ ਬਥੇਰਾ ਜ਼ੋਰ ਲਾਇਆ ਸੀਗਾ ਵੀ ਚਲੋ ਮੰਮੀ ਮੈਂ ਤੁਹਾਨੂੰ ਲੈ ਜਾਣਾ ਵਾ, ਤੇ ਪਰ ਮੇਰੇ ਕੋ ਤਾਂ ਹੀ ਨਹੀਂ ਹੋਇਆ ਜਾਣ ਡਿਆ, ਮੈਂ ਕੀ ਦੱਸਾਂ। ਨਹੀਂ ਨਹੀਂ, ਔਖੇ ਸੌਖੇ ਹੋ ਗਏ, ਜਾਓ ਆਪਣੇ ਟੈਸਟ ਕਰਵਾਓ, ਦਵਾਈ ਲਿਆਓ, ਫੇਰ ਉੱਠਿਆ ਜਾਣਾ ਮੰਜੀ ਤੋਂ। ਹਾਂ ਤੇਰੀ ਗੱਲ ਠੀਕ ਵਾ, ਪਰ ਮੈਂ ਕੀ ਕਰਾਂ, ਮੈਂ ਮਜਬੂਰ ਹਾਂ, ਮੇਰੇ ਕੋ ਨਹੀਂ ਉੱਠਿਆ ਜਾਂਦਾ। ਹਾਏ ਹਾਏ, ਇੰਨਾ ਮਾੜਾ ਹਾਲ ਇੱਕਦਮ ਹੀ ਹੋ ਗਿਆ? ਹਾਂ ਮੈਨੂੰ ਤਾਂ ਪਤਾ ਨਹੀਂ ਲੱਗਾ, ਤੇ ਲੰਮੇ ਪਈ ਆ ਤਾਂ ਮੁੜ ਕੇ ਤਾਂ ਹੀ ਨਹੀਂ ਹੋਇਆ ਗਿਆ। ਕੋਈ ਚੁੱਕ ਚੱਕ ਹੀ ਪੈ ਗਈ,
ਇਹੋ ਕੰਮ ਹੀ ਹੋਇਆ ਵਾ ਹਾਂ ਨਹੀਂ ਵਿਖਾਓ ਜਾ ਕੇ ਫਿਰ ਹੀ ਹਟਣਾ ਵਾ ਇਦਾਂ ਫਰਕ ਤੇ ਪੈਣਾ ਫਿਰ ਲੰਮੇ ਪਿਆ ਹੀ ਚੱਲ ਕੋਈ ਨਹੀਂ ਵੇਖਦੇ ਆ ਰਪਿੰਦਰ ਪੁੱਤ ਤੁਸੀਂ ਚਲੇ ਗਏ ਕੰਮ ਹਾਂਜੀ ਮਾਸਟਰ ਜੀ ਚਲੇ ਗਏ ਲੱਗੇ ਸਕੂਲ ਨਾ ਹਾਂਜੀ ਉੱਥੇ ਚੱਲੇ ਸੀ ਜਰਾ ਕੋ ਪਤਾ ਕਰਨ ਟੀਚਰ ਦਾ ਠੀਕ ਆ ਉਹਦਾ ਪਿੱਛੇ ਜੇ ਫੋਨ ਕੀਤਾ ਸੀ ਮਹੀਨਾ ਕੋ ਹੋ ਗਿਆ ਆ मुसीबत जो बेचारी तैयार हुई है औखी तू बतारी चल कोई नी दवाई दुई लिया फिर उठा जाना चल चंगा किया तू आ गई मेरा तो मन तेरे वाल वेख के खुश हो गया वा नहीं बंदे दा मन होर हो जांदा वा के हुण गल्लां बातां करनियां तू होर तैनूं फर्क पै जाणा होर की आहो हौली हौली है चल कोई गल नहीं है सही गल वा भैण जी भाजी किथे गया ओह ते वेली वल गए जे चलो मैं मिल के आणा उहनां नूं चंगा मिल लो ब्रावो मेरी गल सुण ਕਿੱਥੇ ਮਿਲੇ ਸੀ ਤੈਨੂੰ ਇਹ ਆਹ ਚੱਲੇ ਸੀਗੇ ਗੇਟੋਂ ਨਿਕਲਣ ਦੇ ਤੇ ਉਧਰ ਮੈਂ ਵੜ ਗਈ ਗੇਟ 'ਚ ਅੱਛਾ ਉੱਥੇ ਰੁਕ ਗਏ ਫਿਰ ਉੱਥੇ ਹੀ ਬਸ ਚੱਲ ਆਹ ਤਾਂ ਬੜਾ ਵਧੀਆ ਕੀਤਾ ਹੀ ਉਹ ਤਾਂ ਮੇਰਾ ਤਾਂ ਰੁਕ ਭਰਿਆ ਗਿਆ ਸੀਗਾ ਮੈਂ ਲੈ ਇਹ ਚੱਲ ਗਈ ਉਹ ਤੇ ਪ੍ਰਭ ਆਈ ਨਹੀਂ ਉਹ ਤੇ ਮੈਂ ਇਹ ਕੰਮ ਅੱਜ ਖਰਾਬ ਹੋ ਜਾਣਾ ਨਾ ਮੈਂ ਤਾਂ ਆਣਾ ਟਾਈਮ ਨਾਲ ਤੇਰੇ ਭਾਈ ਨੇ ਥੋੜਾ ਲੇਟ ਕਰਤਾ ਮੈਨੂੰ ਇਹੋ ਹੀ ਫਿਰ ਸਕੂਲ ਨਾਲ ਨਿਕਲ ਜੇ ਕਰ ਜਾਂਦਿਆਂ ਨੂੰ ਮੈਂ ਤਾਂ ਕਰ ਗਈ ਮੈਂ ਤਾਂ ਕਿਹਾ ਕਿ ਬਸ ਇਹ ਘਰੋਂ ਨਿਕਲ ਗਈ ਇਹਨੇ ਆਣ ਕੇ ਕਹਿਣਾ ਵੀ ਮੈਂ ਹੁਣ ਕੰਮ ਤੇ ਜਾਇਆ ਕਰਨਾ ਵਾ ਤੇ ਮੇਰਾ ਪੱਠਾ ਗੋਲ ਹੋ ਜਾਣਾ ਸਾਰਾ ਹੀ ਮੇਰਾ ਤਾਂ ਕੀਤਾ ਕਰਾਇਆ ਰਹਿ ਜਾਣਾ ਸੀ ਨਾ ਆਹ ਤਾਂ ਤੂੰ ਬੜਾ ਹੀ ਵਧੀਆ ਕੀਤਾ ਮੌਕੇ ਤੇ ਆਣ ਕੇ ਆਹ ਨਾ ਮੈਂ ਤਾਂ ਉਦੋਂ ਨਿਕਲ ਦੇ ਨਾ 1 ਮਿੰਟ ਲੇਟ ਹੋ ਜਾਂਦੀ ਨਾ ਤੇ ਮੈਂ ਚੱਲ ਜਾਣਾ ਸੀਗਾ ਮੈਂ ਤਾਂ ਬੜੀ ਖੁਸ਼ ਹਾਂ ਚੰਗਾ ਹੋਇਆ ਆਹ ਕਿੱਦੂ ਪਕੌੜੇ ਹੁਣ ਆਹ ਨਹੀਂ ਕੰਮ ਧੰਦਾ ਕਰਿਆ ਪਕੌੜੇ ਕੱਢਦੀ ਹੈ ਨਾ ਤੇ ਰੋਟੀ ਦਾ ਸਣਾ ਦਿੰਦੇ ਆ ਆਹ ਕਿਉਂ ਵੀ ਤਣਾ ਆਹ ਤੇ ਖਾ ਪੈਣਾ ਪੜਾ ਗੱਪਾ ਛੱਪਾ ਮਾਰਨੀ ਆਹ ਹੋ ਨਹੀਂ ਹੁਣ ਤੋਂ ਐ ਠੀਕ ਠਾਕ ਹੋ ਤੂੰ ਕੋਈ ਗੱਲ ਨਹੀਂ ਆ ਮੈਂ ਤਾਂ ਠੀਕ ਹੀ ਹਾਂ ਮੈਂ ਆ ਜਾਵੇ ਕੋਈ ਜੰਦਾ ਸਮਕਤੇ ਹੀ ਆਣ ਹਾਜ਼ਰ ਹੋਏ ਆ ਕਿਤੇ ਤੇ ਜਿਗ ਦਿਨ ਤੁਰੇ ਰਹਿੰਦੇ ਆ ਮੂੰਹ ਚੋਕੇ ਹੁਣ ਕਰਨਾ ਹੀ ਪੈਣਾ ਸੀ ਆਪਾਂ ਬਣਾਉਣੀ ਆ ਚਾਹ ਚੂਹ ਦੇ ਆਪ ਤੇ ਮੰਜੇ ਤੇ ਪਈ ਆ ਹੁਣ ਇਦਾਂ ਕਰਦੀ ਆ ਮੰਮੀ ਨੂੰ ਪਿੰਡ ਫੋਨ ਲਾ ਦਿੰਦੀ ਆ ਉਹ ਤੇ ਹੁਣ ਹੋ ਕੇ ਚੱਲ ਚੱਲੇ ਆ ਤਾਂ ਆਪੇ ਸ਼ਾਮ ਨੂੰ ਮੰਮੀ ਹੁਣੀ ਹੋ ਜਾਣਗੇ ਚੱਲ ਕੰਮ ਕਰੂਗਾ ਵੇਖੀ ਜਾਓ ਕੱਲ੍ਹ ਨੂੰ ਫਿਰ ਜਾਵਾਂਗੇ ਹੁਣ ਉਹ ਮੰਮੀ ਕਿੱਥੇ ਗਈ ਆ ਹਾਲੇ ਇੱਥੇ ਤਾਂ ਹੋਰ ਹੀ ਸਿਆਪੇ ਪਏ ਆ ਤੇ ਕੀ ਕਰਾਂ ਆਹੋ ਉਹ ਆਈ ਆ ਭੈਣ ਉਹਦੀ ਤਾਂ ਹਾਲੇ ਘਰੋਂ ਬਾਹਰ ਨਿਕਲੇ ਹੀ ਆ ਸਾਹਮਣੇ ਉਹ ਖਲੋਤੀ ਸੀ ਹੁੰਦਿਆਂ ਨੂੰ ਆ ਹੁਣ ਲੱਗੀ ਚਾਹ ਪਾਣੀ ਲੱਗੀ ਬਣਾਉਣ ਤੇ ਪਿਆਲ ਦੀ ਆ ਦੇ ਆਹੋ ਦੇਖਦੇ ਚੱਲ ਜਾਓ ਫਿਰ ਮੈਂ ਚੰਗੇ ਨਹੀਂ ਲੱਗੀ ਦੱਖਣਾ ਤੁਸੀਂ ਘਰ ਆਏ ਤਾਂ ਹੁਣੇ ਘਰੋਂ ਨਿਕਲ ਗਈ ਹੈ ਨਾ ਉਹ ਕੋਈ ਨਾ ਕੋਈ ਅੰਚਣਾ ਪਈ ਹੀ ਆਉਂਦੀਆਂ ਆ ਦੇ ਇੱਦਾਂ ਕਰੋ ਹਾਂ ਕਿ ਤੁਸੀਂ ਵੀ ਸ਼ਾਮਾਂ ਨੂੰ ਹੋ ਜਾਓ ਇਹਨਾਂ ਨੇ ਹੁਣ ਚੱਲ ਜਾਣਾ ਵਾ ਅਤੇ ਸ਼ਾਮਾਂ ਜੀ ਇਹਨੂੰ ਆ ਜਾਇਓ ਆਹੋ ਫਿਰ ਆਖੂਗੀ ਵੀ ਮੇਰੀ ਭੈਣ ਹੋ ਗਈ ਗੱਲਾਂ ਗੱਲਾਂ ਵਿੱਚ ਨੇ ਸੁਣਾ ਤਾਂ ਦੇਣਾ ਹੀ ਆ ਵੀ ਤੇਰੇ ਪਿੰਡੋਂ ਵਾਲਾ ਕੋਈ ਆਇਆ ਵਾ ਆਹੋ ਇੱਦਾਂ ਕਰੋ ਤੁਸੀਂ ਸ਼ਾਮਾਂ ਨੂੰ ਆ ਜਾਓ ਡੈਡ ਨੂੰ ਪੁੱਛ ਲਓ ਆਦ ਹੋ ਜਾਓ ਫਿਰ ਆਣ ਕੇ ਚੱਲ ਠੀਕ ਆ ਮੈਂ ਵੇਖਾਂ ਹੁਣ ਕੋਈ ਕੰਮ ਹੋਣਾ ਚੰਗਾ ਪ੍ਰਭ ਚਲੀ ਗਿਆ ਕੋਣ ਚਲੋ ਮੇਰੀ ਗੱਲ ਸੁਣ ਗੁਰਜਿੰਦਰ ਪ੍ਰਭ ਤੂੰ ਨਹੀਂ ਮੈਂ ਜਾਣ ਦੇਣਾ ਜੋ ਤੂੰ ਮਰਜ਼ੀ ਕਹਿ ਮਹਾਂ ਤੇ ਮੇਰਾ ਮਨ ਠੀਕ ਹੋਇਆ ਇਹਦੇ ਵੱਲ ਵੇਖ ਕੇ ਮੈਂ ਤਾਂ ਪਤਾ ਕਿੱਦਾਂ ਪਈ ਆ ਚੱਲ ਭੈਣਾ ਭੈਣਾ ਗੱਪਾ ਛੱਪਾ ਮਾਰਾਂਗੇ ਜਾਂ ਤੂੰ ਚੱਲ ਜਾ ਅੱਜ ਕੋਈ ਗੱਲ ਨਹੀਂ ਤਾਂ ਲਵਲੀ ਛੱਡ ਆਉਂ ਜਾ ਕੇ ਚਲ ਇਦਾਂ ਕਰਿਓ ਜੇ ਸ਼ਾਮ ਨੂੰ ਟਾਈਮ ਲੱਗੂ ਸ਼ਾਮ ਲੈ ਤੇ ਫਿਰ ਸਵੇਰੇ ਲਿਆ ਜੀ ਮੈਨੂੰ ਆ ਕੇ ਚਲੋ ਠੀਕ ਆ ਫਿਰ ਅੱਜ ਰਾਤ ਰਹਿ ਲੈ ਮੇਰੀ ਭੈਣ ਚਲ ਕੋਈ ਨਹੀਂ ਮੈਂ ਜਾਣਾ ਫਿਰ ਉਹ ਮੈਂ ਕਹਿੰਦਾ ਬਾਹਰ ਫਿਰਦਾ ਜਿਹੜੇ ਪੱਛਾ ਤਾਂ ਖਾਲੀ ਚੱਲ ਜਿਓ ਜਿਹਨੇ ਜਿਹੜੀ ਪੱਛੀ ਲੱਗੀ ਯਾਰ ਇਹ ਹੁਣੇ ਆਏ ਤੁਸੀਂ ਹੈ ਲੱਗਦਾ ਚੱਲ ਗਏ ਆ ਨਹੀਂ ਪ੍ਰਭ ਮੈਂ ਤਾਂ ਫਾਇਰ ਲੱਗ ਗਈ ਆ ਮੇਰਾ ਤਾਂ ਜੀ ਨਹੀਂ ਕਰਦਾ ਚਾਹੀ ਜਾਣ ਉੱਤੇ ਚੱਲ ਇਦਾਂ ਕਰ ਉੱਠ ਕੇ ਚੱਲਾਂ ਲੋਬੀ ਚੱਲੀਏ ਤੇ ਮੈਂ ਕਹੂੰਗੀ ਮੈਂ ਆਸਰਾ ਦੇ ਕੇ ਲਿਆਂਦੀ ਵਾ ਤੂੰ ਇੱਥੇ ਜ਼ਰੂਰ ਮਰਨਾ ਇਕੱਲੀ ਨੇ ਆ ਜਾ ਆਹੋ ਆ ਜਾ ਚੱਲ